ਬਾਬੇ ਇੱਕ ਤਾਂ ਗਰਮੀ ਬਹੁਤ ਆ, ਉੱਤੋਂ ਸਾਡੀ ਸਰਕਾਰ ਨੇ ਵੀ ਸਾਡੀ ਮੱਤ ਮਾਰ ਰੱਖੀ ਆ, ਕਦੀ ਬਿਜਲੀ ਦੇ ਬਿੱਲਾਂ ਤੋਂ, ਕਦੀ ਮਹਿੰਗਾਈ ਤੋਂ, ਕਦੀ ਪੈਟਰੋਲ ਤੋਂ। ਗੱਲ ਇਹ ਕਿ ਸਿਆਣੇ ਆਉਂਦੇ ਨੇ ਕਿ ਆਪਣੇ ਹੱਕ ਲਈ ਖੁਸਰੇ ਵੀ ਬਾਹਰ ਨਿਕਲੇ ਸੀ, ਪਰ ਇੱਕ ਕੌਮ ਆ ਜਿਹੜੀ ਨਹੀਂ ਨਿਕਲੀ, ਉਹ ਹੈ ਪਾਕਿਸਤਾਨ ਦੇ ਵਿੱਚ ਪੰਜਾਬੀਆਂ ਦੀ। ਬੰਨੂ ਵਾਲੇ ਵੀ ਆਪਣੇ ਹੱਕ ਲਈ ਬਾਹਰ ਨਿਕਲ ਆਏ ਨੇ, ਪਸ਼ਤੂਨ ਵੀ ਆਪਣੇ ਹੱਕ ਲਈ ਬਾਹਰ ਨਿਕਲੇ ਨੇ, ਕਸ਼ਮੀਰੀ ਵੀ ਆਪਣੇ ਹੱਕ ਲਈ ਬਾਹਰ ਨਿਕਲ ਕੇ 3 ਰੁਪਏ ਯੂਨਿਟ ਬਿਜਲੀ ਦਾ ਉਹ ਕਰਵਾ ਗਏ ਨੇ। ਬਲੋਚ ਵੀ ਆਪਣੇ ਹੱਕ ਲਈ ਲੜਦੇ ਪਏ ਨੇ। ਇੱਕ ਵਾਹਦ ਜਿਹੜੀ ਕੌਮ ਆ ਪੰਜਾਬੀਆਂ ਦੀ, ਨਪੁੰਸਕ ਕੌਮ ਮੈਂ ਕਹੂੰਗਾ, ਉਹ ਬਾਹਰ ਨਹੀਂ ਨਿਕਲੇ, ਕਿਉਂਕਿ ਮੁੱਲਾਂ ਦੀ ਦੌੜ ਮਸੀਤ ਤੱਕ ਅਤੇ ਸਾਡੀ ਦੌੜ ਸਿਰਫ ਸੋਸ਼ਲ ਮੀਡੀਆ ਤੱਕ ਹੈ। ਸਾਨੂੰ ਰਿਆਜ਼ੀ ਬਹੁਤ ਆਉਂਦੀ ਹੈ, ਅਸੀਂ ਬਿੱਲ ਸਾਹਮਣੇ ਰੱਖ ਕੇ ਅਤੇ ਉਹਨੂੰ ਕਾਊਂਟ ਕਰਕੇ ਦੱਸ ਦੇਈਦਾ, ਬਾਈ 2,800 ਰੁਪਇਆ ਬਿੱਲ ਹੈ, 4,000 ਕਿੱਦਾਂ ਪਾਤਾ, ਉਹਦੀ ਅਸੀਂ ਵੀਡੀਓ ਬਣਾ ਕੇ ਪਾ ਦਿੰਦੇ ਹਾਂ, ਅੱਲਾ ਅੱਲਾ ਖੈਰ ਸੱਲਾ, ਬਾਹਰ ਅਸੀਂ ਨਿਕਲਦੇ ਨੇ, ਅਤੇ ਜਿਹੜਾ ਬੰਦਾ ਨਿਕਲਣ ਦੀ ਗੱਲ ਕਰਦਾ ਉਹਦਾ ਅਸੀਂ ਸਾਥ ਨਹੀਂ ਦਿੰਦੇ। ਹੁਣ ਇਸ ਟਾਈਮ ਬੰਗਲਾਦੇਸ਼ ਦੇ ਵਿੱਚ ਉੱਥੋਂ ਦੀ ਨੌਜਵਾਨੀ ਸਾਰੀ ਸੜਕਾਂ 'ਤੇ ਆ, ਆਪਣੀਆਂ ਹਿੱਕਾਂ 'ਤੇ ਗੋਲੀਆਂ ਖਾ ਰਿਹਾ ਨੇ ਆਪਣੇ ਹੱਕ ਦੀ ਖਾਤਰ। 1971 ਦੇ ਵਿੱਚ ਵੀ ਆਪਣੀ ਮਾਂ ਬੋਲੀ, ਆਪਣਾ ਵਿਰਸਾ ਬਚਾਉਣ ਦੀ ਖਾਤਰ ਉਹ ਬੰਗਾਲੀ ਸਟੂਡੈਂਟ ਢਾਕਾ ਯੂਨੀਵਰਸਿਟੀ ਦੇ ਵਿੱਚ ਆਪਣੀਆਂ ਛਾਤੀਆਂ ਉਹਨਾਂ ਗੋਲੀਆਂ ਮੂਹਰੇ ਕਰਤੀਆਂ ਸੀ, ਸ਼ਹੀਦੀਆਂ ਪਾ ਲਈਆਂ ਸੀ, ਆਪਣੀ ਮਾਂ ਬੋਲੀ ਦੇ ਸਿਰ 'ਤੇ ਆਪਣਾ ਅਲੱਗ ਇੱਕ ਮੁਲਕ ਬਣਾ ਕੇ ਉਹ ਬਹਿ ਗਿਆ। ਅੱਜ ਵੀ ਉਹ ਆਪਣੇ ਹੱਕ ਲਈ ਕੋਟਾ ਸਿਸਟਮ ਦੇ ਖਿਲਾਫ਼ ਉਹ ਉੱਥੇ ਲੜਾਈ ਲੜਦੇ ਪਏ ਨੇ, ਕਿਉਂਕਿ ਸਾਡੇ ਵਾਲਾ ਹਿਸਾਬ ਸੀ ਉੱਥੇ ਵੀ ਕਿ ਇੱਕ MPhil ਇੰਗਲਿਸ਼ ਬੰਦਾ, MPhil ਫਿਜ਼ਿਕਸ, MPhil ਕੈਮਿਸਟਰੀ ਬੰਦਾ, ਪੜ੍ਹਿਆ ਲਿਖਿਆ ਬੰਦਾ, MSc ਕੀਤੀ ਹੋਈ ਆ, ਉਹ ਛੋਲਿਆਂ ਦੀ ਰੇਹੜੀ ਲਾ ਕੇ ਬੈਠਾ, ਜਾਂ ਸਾਊਦੀਆ ਦੁਬਈ ਦਾ ਵੀਜ਼ਾ ਲੱਭਦਾ ਫਿਰਦਾ, ਜਾਂ ਉਹ ਖੇਤਾਂ ਦੇ ਵਿੱਚ ਰੂੜੀ ਪਾਉਂਦਾ ਪਿਆ, ਅਤੇ ਕੋਟਾ ਸਿਸਟਮ 'ਤੇ ਜਿਹੜੇ ਕੋਈ 12 ਫੇਲ ਨੇ, 10 ਫੇਲ ਨੇ, BA ਫੇਲ ਨੇ, ਉਹ ਆ ਕੇ ਸਾਡੀਆਂ ਕੁਰਸੀਆਂ 'ਤੇ ਬਿਰਾਜਮਾਨ ਨੇ, ਜਿਵੇਂ ਸਾਡੇ BA ਸਿਸਟਮ ਹੈ ਇੱਥੇ ਵੀ। ਲੇਕਿਨ ਅਸੀਂ ਕਦੇ ਵੀ ਉਹਦੇ ਵਾਸਤੇ ਸਾਡੀ ਨੌਜਵਾਨੀ ਨੇ ਬੋਲਣੀ, ਕਿਉਂਕਿ ਸਾਨੂੰ ਇੱਕੋ ਚੀਜ਼ ਹੈਗਾ ਬਾਈ, ਸਾਨੂੰ ਕੀ ਲੱਗੇ। ਅਤੇ ਸਾਡੀ ਜਿਹੜੀ ਸਰਕਾਰ ਆ ਮਾਸ਼ਾਅੱਲਾ ਹੁਣ ਹਕੂਮਤ ਦੇ ਵਿੱਚ ਆ, ਉਹ ਇੰਝ ਹੀ ਆ ਜਿਵੇਂ ਖੋਤਾ ਤੰਬਾਕੂ 'ਚ ਵੜਿਆ ਹੁੰਦਾ। ਖੋਤਾ ਸੀ ਨਾ, ਉਹਨੇ ਤੰਬਾਕੂ ਵੇਖਿਆ, ਉਹਨੇ ਕਿਹਾ ਬੜਾ ਹਰਿਆ ਭਰਿਆ, ਖਾਈ ਤਾਂ ਜਾ ਕੇ ਇਹਨੂੰ ਖਾਂਦੇ ਆ, ਪਰ ਜਦੋਂ ਉਹ ਵਿੱਚ ਵੜ ਗਿਆ ਉਹਦੇ, ਉਹਨੂੰ ਮਾਰੇ ਮੁਸ਼ਕ, ਖਾਧਾ ਉਹਦੇ ਕੋਲ ਜਾਵੇ ਨਾ, ਉਹਨੇ ਕਿਹਾ ਆਹ ਕਿੱਧਰ ਫਸ ਗਿਆ ਮੈਂ। ਉਹ ਕੰਨ ਚੱਕ ਕੇ ਮੁੜ ਕੇ 4 ਚੁਫੇਰੇ ਵੇਖੇ, ਉਹ ਹਿਸਾਬ ਸਾਡੇ ਵਜ਼ੀਰ ਆਜ਼ਮ ਦਾ, ਉਹ ਹਕੂਮਤ ਦੇ ਵਿੱਚ ਤਾਂ ਆ ਗਿਆ, ਉਹਨੇ ਖੋਹ ਤਾਂ ਲਈ ਆ, ਲੇਕਿਨ ਹੁਣ ਉਹ ਫਸਿਆ ਹੋਇਆ। ਉਹਨੂੰ ਹੁਣ ਫੋਨਾਂ 'ਤੇ ਦੱਸਣਾ ਪੈਂਦਾ ਕਿ ਮੈਂ ਬਿਜਲੀ ਇਸ ਰੇਟ ਦੇ ਰਿਹਾ, ਇੰਨਾ ਡਿਸਕਾਊਂਟ ਦੇ ਰਿਹਾ, ਵੀ ਇਹ ਸਟੈਂਡਰਡ ਹੈ ਇੱਕ ਮੁਲਕ ਦਾ, ਵਜ਼ੀਰ ਆਜ਼ਮ ਤੁਹਾਨੂੰ ਫੋਨਾਂ 'ਤੇ ਤੁਹਾਡੀ ਰਿੰਗ ਟੂਨ 'ਤੇ ਦੱਸ ਰਿਹਾ ਕਿ ਬਾਈ ਜੀ ਆ ਬਿਜਲੀ ਦਾ ਹਿਸਾਬ ਕਿਤਾਬ ਹੈ। ਡੁੱਬ ਕੇ ਮਰਨ ਦਾ ਮੁਕਾਮ ਹੈ ਇਸ ਹਕੂਮਤ ਵਾਸਤੇ ਵੀ, ਅਤੇ ਸਾਡੀ ਪੰਜਾਬੀ ਕੌਮ ਵਾਸਤੇ ਵੀ, ਕਿਉਂਕਿ ਸਾਰੇ ਸੂਬੇ, ਸਾਰੇ ਲੋਕ ਆਪਣੇ ਹੱਕਾਂ ਲਈ ਨਿਕਲੇ ਨੇ। ਬਿਜਲੀ ਦਾ ਬਿੱਲ ਸ਼ੀਏ ਨੂੰ ਵੀ ਓਨਾ ਆਉਂਦਾ, ਸੁੰਨੀ ਨੂੰ ਵੀ ਓਨਾ ਆਉਂਦਾ, ਭਾਬੀ ਨੂੰ ਵੀ ਓਨਾ ਆਉਂਦਾ, ਕਿਹਨੇ ਫਿਰਕੇ ਨੇ, ਸਾਰਿਆਂ ਨੂੰ ਓਨਾ ਆਉਂਦਾ, ਕੋਈ ਵੀ ਨਹੀਂ ਬੋਲ ਰਿਹਾ। ਠੀਕ, ਸਾਡੇ ਆਪਣੇ ਕੋਈ ਧਾਰਮਿਕ ਜਦਵਾਂ ਹੋਣ, ਮਜ਼ਹਬੀ ਇਜਤਮਾ ਹੋਣ, ਅਤੇ ਸੜਕਾਂ 'ਤੇ ਆਏ ਸੜਕਾਂ ਬੰਦ ਕਰ ਦਿੰਦੇ ਹਾਂ। ਆ ਮੁਹਰਮ ਦੇ ਵਿੱਚ ਅਸੀਂ ਪੂਰੇ ਸ਼ਹਿਰ ਬੰਦ ਕੀਤੇ ਹੋਏ, ਜਿੱਦਾਂ ਰਬੀ ਲੋਬਲ 'ਤੇ ਵੀ ਅਸੀਂ ਇਹ ਕਰਦੇ ਹਾਂ। ਅਸੀਂ ਪੱਗਾਂ ਬੰਨ ਬੰਨ ਕੇ ਦੱਸ ਦਿਆਂਗੇ, ਸਾਡਾ ਦੁੱਲਾ ਭੱਟੀ, ਸਾਡਾ ਰਾਜਾ ਬਜ਼ੁਰਗਾਂ ਕਰਲ, ਸਾਡਾ ਮਲੰਗੀ, ਸਾਡਾ ਨਿਜ਼ਾਮ ਲੁਹਾਰ, ਸਾਡਾ ਭਗਤ ਸਿੰਘ, ਸਾਡਾ ਊਧਮ ਸਿੰਘ, ਬੜੇ ਬੜੇ ਦਲੇਰ ਹੋਏ ਨੇ, ਬੜੇ ਯੋਧੇ ਹੋਏ ਨੇ, ਸਾਡਾ ਮਹਾਰਾਜਾ ਰਣਜੀਤ ਸਿੰਘ, ਬੱਲੇ ਬੱਲੇ ਬੜੀਆਂ ਬੜੀਆਂ ਗੱਲਾਂ ਅਸੀਂ ਕਰਦੇ ਹਾਂ, ਸਾਡੇ ਵੜਕੇ ਆਈ, ਸਾਡੇ ਅਤੇ ਜਿਹਨਾਂ ਦੀ ਅਸੀਂ ਔਲਾਦ ਹਾਂ, ਜਿਹਨਾਂ ਦੀ ਅਸੀਂ ਪੂੰਘ ਹਾਂ, ਉਹਨਾਂ ਦਾ ਛੱਡਿਆ ਕੀ ਆ ਅਸੀਂ, ਕਿ ਸਾਡੇ DNA ਦੇ ਵਿੱਚ ਸਿਰਫ ਔਰ ਸਿਰਫ ਚਾਪਲੂਸੀ, ਡਰਪੋਕ ਅਤੇ ਨਪੁੰਸਕਪਣ ਰਹਿ ਗਿਆ, ਕਿ ਸਾਡੇ ਡੇਰੇ 'ਤੇ ਆ ਕੇ MP MLA ਚਾਹ ਪੀ ਜਾਵੇ, ਅਸੀਂ 6-6 ਮਹੀਨੇ ਕੱਪ ਨਹੀਂ ਧੋਂਦੇ, ਕਿ ਬਾਈ ਜੀ ਸਾਡਾ MPA ਦੇ ਵਿੱਚ ਚਾਹ ਪੀ ਕੇ ਗਿਆ, ਅਸੀਂ ਕੱਪ ਨਹੀਂ ਧੋਣਾ ਹੈ। ਜੇ ਅਸੀਂ ਉਹਦੇ ਕੋਲ ਜਾਣਾ ਵੀ ਹੈ, ਅਸੀਂ ਆਪਣੇ ਮਾਸ਼ਰਤੀ ਮਸਾਇਲ ਜਿਹੜੇ ਨੇ ਉਹਦੇ ਗੁਫ਼ਤਗੂ ਕਰਨੀ ਨਹੀਂ, ਅਸੀਂ ਜਾ ਕੇ ਸਿੱਧਾ ਇਹ ਕਿਹੜਾ ਬਾਈ ਮੇਰੇ ਬੂਹੇ ਗਾੜੀ 4 ਇੱਟਾਂ ਲਵਾ ਦੇ, ਮੇਰਾ ਮੁੰਡਾ ਨਾਤਰਾ ਹੀ ਭਰਤੀ ਕਰਾ ਦੇ, ਮੇਰਾ ਮੁੰਡਾ ਪੁਲਿਸ 'ਚ ਭਰਤੀ ਕਰਾ ਦੇ। ਕਦੇ ਵੀ ਅਸੀਂ ਅਵਾਮੀ ਮਸਾਇਲ 'ਤੇ ਜਾ ਕੇ ਜਿਹੜਾ ਅਸੀਂ ਆਪਣਾ ਮੋਹਰੀ ਅੱਗੇ ਲਾਇਆ ਹੁੰਦਾ, ਉਹਨੇ ਕਦੇ ਵੀ ਜਾ ਕੇ ਪੋਲੀਟੀਸ਼ੀਅਨਾਂ ਨਾਲ ਗੱਲ ਨਹੀਂ ਕੀਤੀ। ਅਸੀਂ ਆਪਣਾ ਆਪਣਾ ਫਾਇਦਾ ਲੋਟਦੇ ਹਾਂ, ਸਾਨੂੰ ਇਹ ਹੁੰਦਾ ਕਿ ਯਾਰ ਕੋਈ ਨਾ ਮੇਰਾ ਸਰਦਾ ਪਿਆ, ਖੈਰ ਆ ਬਾਕੀਆਂ ਦੀ। ਬਿਜਲੀ ਦੇ ਜਿਹੜੇ ਮਾਰੂ ਬਿੱਲ ਨੇ, ਇਹਨਾਂ ਦੇ ਖਿਲਾਫ਼ ਨਿਕਲੋ, ਇਹ ਹਕੂਮਤ ਜਿਹੜਾ ਸਾਨੂੰ ਮਾਰ ਰਹੀ ਹੈ, ਪੈਟਰੋਲ ਮਹਿੰਗਾ ਹੋ ਰਿਹਾ, ਇਹਦੇ ਖਿਲਾਫ਼ ਨਿਕਲੋ, ਸਾਨੂੰ ਬੋਲਣਾ ਪੈਣਾ ਪੰਜਾਬੀਆਂ ਨੂੰ, ਨਹੀਂ ਤਾਂ ਨਪੁੰਸਕ ਅਤੇ ਜਨਾਨੇ ਅਸੀਂ ਬਣੇ ਹੋਏ ਹਾਂ, ਉਹ ਅਸੀਂ ਬਣੇ ਰਹਿਣਾ, ਅਤੇ ਆਪਣਾ ਸਾੜ, ਆਪਣੀ ਫਰਸਟ੍ਰੇਸ਼ਨ ਜਿਹੜੀ ਆ ਉਹ ਸੋਸ਼ਲ ਮੀਡੀਆ ਤਾਂ ਆਪਾਂ ਕੱਢੀ ਜਾਣੀ ਹੈ, ਅਦਲੀ ਸਪੁਰਦ, ਆਹ ਕੰਮ ਹੈ।